ਅਸਲਾਮ ਅਲੈਕਮ। ਮੈਂ ਜ਼ਮੀਨਾਂ ਦੇ ਬਾਰੇ 'ਚ ਬੰਦੇ ਕੁਛ ਸਵਾਲ ਪੁੱਛਦੇ ਨੇ, ਮਾਲੂਮਾਤ ਲੈਂਦੇ ਨੇ, ਤਾਂ ਮੈਂ ਕੁਛ ਚੀਜ਼ਾਂ ਦੱਸਣਾ ਚਾਹੁੰਦਾ। ਕੁਝ ਬੁਨਿਆਦੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਰਕਬਾ ਮਾਲੂਮ ਕਰਨ ਵਾਸਤੇ, ਰਕਬਾ ਮਾਲੂਮ ਕਰਨ ਵਾਸਤੇ ਸਾਨੂੰ ਕਰਮ, ਸਰਸਾਈਆਂ, ਮਰਲੇ, ਕਨਾਲ, ਬਿਘਾ, ਏਕੜ, ਮੁਰੱਬਾ, ਤਾਂ ਅੱਜ ਕੱਲ੍ਹ ਮੁਰੱਬਾ ਫੁੱਟ ਅਤੇ ਮੁਰੱਬਾ ਗਾਦ ਵੀ ਚੱਲ ਪੈਣ, ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਜਿਹੜਾ ਕਿ ਇਹ ਅਸੀਂ ਰਕਬਾ ਮਾਲੂਮ ਕਰਨਾ ਹੁੰਦਾ ਉਹ ਇਹਨਾਂ ਚੀਜ਼ਾਂ 'ਚ ਹੁੰਦਾ। ਅੱਗੇ ਦੂਸਰਾ ਵੈ ਕਿ ਅਸੀਂ ਜਿਹੜਾ ਕਰਨਾ ਹੁੰਦਾ ਮਲਕੀਅਤ, ਮਲਕੀਅਤ ਕਿੱਥੋਂ ਚੈੱਕ ਹੁੰਦੀ ਹੈ? ਮਲਕੀਅਤ ਚੈੱਕ ਕਰਨ ਵਾਸਤੇ ਫਰਦ, ਜਮ੍ਹਾਂਬੰਦੀ, ਇੰਤਕਾਲ, ਰਜਿਸਟਰੀ ਅਤੇ ਮਿਸਲਾਕੀਅਤ, ਇਹ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਚੋਂ ਇਹ ਪਤਾ ਲੱਗਦਾ ਵੀ ਇਹ ਮਲਕੀਅਤ ਕਿਹਦੀ ਹੈ। ਅੱਗੇ ਵੈ ਕਿ ਜ਼ਮੀਨ ਦੀ ਪੈਮਾਇਸ਼ ਕਰਨੀ ਹੈ ਤਾਂ ਉਹ ਪੈਮਾਇਸ਼ ਕਰਨ ਵਾਸਤੇ ਕਿਹੜੀ ਚੀਜ਼ ਚਾਹੀਦੀ ਹੁੰਦੀ ਹੈ, ਕਿੱਥੋਂ ਪਤਾ ਲੱਗ ਸੀ ਕਿਸ ਨਾਲ ਪੈਮਾਇਸ਼ ਕਰਨੀ ਹੈ? ਪੈਮਾਇਸ਼ ਵਾਸਤੇ ਮਸਾਵੀ, ਲੱਠਾ ਅਤੇ ਫੀਲਡ ਬੁੱਕ, ਇਹ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਚੋਂ ਸਾਨੂੰ ਜ਼ਮੀਨ ਦੀ ਪੈਮਾਇਸ਼ ਦਾ ਪਤਾ ਲੱਗਦਾ ਵੀ ਇਸਦੀ ਲੰਬਾਈ ਚੌੜਾਈ ਦਾ ਰਕਬਾ, ਇਸ ਰਕਬਾ ਕਿਤਨੇ, ਉਹ ਕਿਸ ਨਾਲ ਪੈਮਾਇਸ਼ ਕਿੱਥੋਂ ਕਰਨੀ ਹੈ, ਇਹ ਚੀਜ਼ਾਂ ਦੱਸਦੀਆਂ। ਅੱਗੇ ਵੈ ਰਿਕਾਰਡ ਕਦੋਂ ਦਾ ਚੈੱਕ ਕਰਨਾ ਹੈ? ਰਿਕਾਰਡ ਜਿਹੜਾ ਹੈ ਉਹ ਚੈੱਕ ਕਰਨ ਵਾਸਤੇ ਉਹਦੇ ਵਾਸਤੇ ਬੰਦੋਬਸਤ ਹੁੰਦੇ ਰਹੇ ਨੇ, ਜਿਹੜੇ ਕਿ ਅੰਗਰੇਜ਼ ਕਰ ਗਏ ਨੇ, ਬਾਅਦ 'ਚ ਕਿਸੇ ਨੂੰ ਜ਼ਰੂਰਤ ਨਹੀਂ ਪਈ। ਉਹਦੇ 'ਚ ਪਹਿਲਾ ਬੰਦੋਬਸਤ ਹੋਇਆ ਜਿਹੜਾ ਉਹ 1860, ਉਸ ਤੋਂ ਬਾਅਦ 1880, 1900 ਅਤੇ ਆਖਰੀ ਹੋਇਆ 1940। 1940 ਤੋਂ ਬਾਅਦ ਕੋਈ ਬੰਦੋਬਸਤ ਨਹੀਂ ਹੋਇਆ। ਅੱਛਾ, ਅੱਗੇ ਮੈਂ ਨੋਈਅਤ ਕੀ ਹੈ ਇਸ ਜ਼ਮੀਨ ਦੀ, ਉਹਦੇ ਵਿੱਚੋਂ ਨੋਈਅਤ ਦੇ ਲਿਹਾਜ਼ ਨਾਲ ਇਹ ਹੁੰਦਾ ਕਿ ਕੋਈ ਜ਼ਮੀਨ ਸ਼ਮਲਾਤੀ ਹੁੰਦੀ ਹੈ, ਕੁਝ ਮਲਕੀਤੀ ਹੁੰਦੀ ਹੈ, ਕੋਈ ਇੱਕ ਖਸਰਾ ਆਬਾਦੀ ਹੁੰਦਾ ਜਿਸ 'ਚ ਪੂਰਾ ਗ੍ਰਾਂ ਆਬਾਦ ਹੋ ਜਾਂਦਾ, ਅਤੇ ਕੁਝ ਮਲਕੀਅਤ ਹੁੰਦੀ ਹੈ ਜੱਦੀ ਵਿਰਾਸਤ, ਅਤੇ ਕੁਝ ਖਰੀਦਾਰ ਹੁੰਦੇ ਨੇ। ਇਹ ਸਾਰੇ ਜਿਹੜੇ ਆ ਇਹ ਨੋਈਅਤ ਹੁੰਦੀ ਹੈ ਕਿ ਉਹ ਕਿਸ ਕਿਸਮ ਦੀ ਜ਼ਮੀਨ ਹੈ। ਅੱਗੇ ਇੱਕ ਹੁੰਦਾ ਬਈ ਇਹ ਕੌਮ ਲਿਖੀ ਜਾਂਦੀ ਹੈ, ਕੌਮ ਦੇ ਵਿੱਚ ਅਵਾਣ, ਜੱਟ, ਗੁੱਜਰ, ਰਾਜਪੂਤ ਵਗੈਰਾ ਲਿਖੇ ਜਾਂਦੇ ਨੇ, ਲੇਕਿਨ ਉਹਦੇ ਵਿੱਚ ਇਹ ਨਹੀਂ ਲਿਖਿਆ ਜਾ ਸਕਦਾ ਪਟਵਾਰੀ ਦੇ ਕਾਗਜ਼ਾਂ ਵਿੱਚ ਕਿ ਇਹ ਮਲਕ ਹੈ, ਇਹ ਰਾਜਾ ਹੈ, ਇਹ ਚੌਧਰੀ ਹੈ, ਇਹ ਨਹੀਂ ਲਿਖਿਆ ਜਾ ਸਕਦਾ, ਅਤੇ ਨਾ ਹੀ ਕੋਈ ਅਹੁਦਾ ਲਿਖਿਆ ਜਾ ਸਕਦਾ, ਚਾਹੇ ਉਹ ਵਜ਼ੀਰ ਹੋਵੇ, ਚਾਹੇ ਉਹ ਵਜ਼ੀਰ ਆਜ਼ਮ ਹੋਵੇ, ਸਦਰ ਹੋਵੇ, ਉਹਨਾਂ ਦਾ ਅਹੁਦਾ ਨਹੀਂ ਲਿਖਿਆ ਜਾ ਸਕਦਾ। ਸਿਰਫ ਫੌਜ ਦਾ ਬੰਦਾ ਜਿਹੜਾ ਉਹਦਾ ਅਹੁਦਾ ਲਿਖਿਆ ਜਾਂਦਾ, ਸੂਬੇਦਾਰ ਤੋਂ ਉੱਪਰ ਜਿਤਨੇ ਰੈਂਕ ਨੇ ਉਹ ਸਾਰੇ ਲਿਖੇ ਜਾ ਸਕਦੇ ਨੇ, ਸੂਬੇਦਾਰ, ਕੈਪਟਨ, ਕਰਨਲ, ਮੇਜਰ, ਜੋ ਵੀ ਹੈ ਸਾਰਾ ਕੁਝ ਇਹ ਲਿਖਿਆ ਜਾ ਸਕਦਾ। ਅੱਛਾ, ਇੱਥੇ ਕੁਝ ਜ਼ਮੀਨਾਂ ਜਿਹੜੀਆਂ ਨਾ ਪਾਕਿਸਤਾਨ ਬਣਨ ਤੋਂ ਬਾਅਦ ਸਿਰਫ ਇੱਕ ਕੰਮ ਹੋਇਆ ਕਿ ਇਸਤੇਮਾਲ ਕੀਤਾ ਗਿਆ। ਇਸਤੇਮਾਲ 'ਚ ਇਹ ਹੁੰਦਾ ਬਈ ਮੁਖਤਲਿਫ ਜਗ੍ਹਾ 'ਤੇ ਬੰਦਿਆਂ ਦੀਆਂ ਜ਼ਮੀਨਾਂ ਨੇ, ਉਹਨਾਂ ਨੂੰ ਇਕੱਠਿਆਂ ਕੀਤਾ ਗਿਆ, ਮੁਰੱਬੇ ਬਣਾਏ ਗਏ ਨੇ ਉਹਨਾਂ ਦੇ, ਕਿ ਚੌਰਸ ਕਰਕੇ ਨਾ ਜ਼ਮੀਨਾਂ, ਕਿ ਉਹਦੀਆਂ ਮੁਖਤਲਿਫ ਜ਼ਮੀਨਾਂ ਨੂੰ ਇੱਕ ਜਗ੍ਹਾ 'ਤੇ ਇਕੱਠਾ ਕਰ ਦਿੱਤਾ ਗਿਆ, ਉਹਨੂੰ ਆਖਦੇ ਨੇ ਇਸਤੇਮਾਲ। ਅੱਛਾ, ਮੈਂ ਇੱਕ ਚੀਜ਼ ਦੀ ਵਜ਼ਾਹਤ ਥੋੜ੍ਹੀ ਜਿਹੀ ਕਰਨਾ ਚਾਹੁੰਦਾ ਕਿ ਬੰਦੇ ਆਖਦੇ ਨੇ ਜੀ ਅਦਾਲਤਾਂ ਜਿਹੜੀਆਂ ਨੇ ਉਹ ਫੈਸਲੇ ਨਹੀਂ ਕਰਦੀਆਂ, ਅਦਾਲਤਾਂ 'ਚ ਬੜਾ ਖਰਾਬ ਹੁੰਦਾ ਬੰਦਾ। ਮੈਂ ਆਪਣੇ ਮੁਕੱਦਮੇ ਖੁਦ ਲੜਨਾ, ਮੇਰੇ ਜਿਤਨੇ ਮੁਕੱਦਮੇ ਮੇਰੇ ਖਿਲਾਫ਼ ਹੋਏ ਨੇ, ਮੈਂ ਜ਼ਮੀਨਾਂ ਵੇਚੀਆਂ ਨੇ, ਕੁਝ ਹੋਇਆ, ਉਹ ਹਮੇਸ਼ਾ ਪਹਿਲੀ ਤਾਰੀਖ 'ਤੇ ਫੈਸਲਾ ਹੋਇਆ। ਮੈਂ ਜਦੋਂ ਵੀ ਗਿਆ ਤਾਂ ਜਾ ਕੇ ਜਿਸ ਵੇਲੇ ਮੈਂ ਅਸਲ ਹਕੀਕਤ ਸਾਹਮਣੇ ਰੱਖੀ ਹੈ ਤਾਂ ਮੇਰੇ ਹੱਕ 'ਚ ਫੈਸਲਾ ਹੋ ਗਿਆ। ਮੈਂ ਹਮੇਸ਼ਾ ਜ਼ਮੀਨ ਵੇਚਣ ਤੋਂ ਪਹਿਲਾਂ ਕਾਗਜ਼ਾਂ ਨੂੰ ਚੈੱਕ ਕਰਨਾ, ਔਰ ਉਸ ਤੋਂ ਬਾਅਦ ਇਹ ਦੇਖੀਦਾ ਕਿ ਉਹ ਕਾਗਜ਼ ਸਹੀ ਹੋਣੇ ਚਾਹੀਦੇ ਨੇ। ਜਿਹੜਾ ਸਹੀ ਕਾਗਜ਼ ਹੋਣ ਨਾ ਤਾਂ ਅਦਾਲਤਾਂ ਪਹਿਲੀ ਤਾਰੀਖ 'ਤੇ ਹੀ ਫੈਸਲਾ ਦੇ ਛੱਡਦੀਆਂ ਨੇ। ਮੈਂ ਅੱਜ ਤੱਕ ਅਗਰ ਮੈਂ ਕਿਸੇ ਨੂੰ ਆਖਣਾ ਕਿ ਮੇਰੇ ਖਿਲਾਫ਼ ਮੁਕੱਦਮਾ ਆਇਆ, ਤਿੰਨਾਂ ਦਿਨਾਂ 'ਚ ਫੈਸਲਾ ਹੋ ਗਿਆ ਜਾਂ ਸੱਤਾਂ ਦਿਨਾਂ 'ਚ ਫੈਸਲਾ ਹੋ ਗਿਆ, ਬੰਦੇ ਯਕੀਨ ਨਹੀਂ ਕਰਦੇ, ਆਖਦੇ ਨੇ ਇਹ ਹੋ ਨਹੀਂ ਸਕਦਾ। ਜਦਕਿ ਮੈਂ ਅਗਰ ਕੋਈ ਮੁਕੱਦਮਾ ਆਇਆ ਤਾਂ ਮੈਂ ਪਹਿਲੀ ਤਾਰੀਖ 'ਤੇ ਜਾ ਕੇ ਆਖਿਆ ਕਿ ਮੈਨੂੰ ਨਕਲ ਦਿਓ ਅਤੇ ਮੈਂ ਕੱਲ੍ਹ ਜਵਾਬ ਦਾਵਾ ਦੇਣਾ, ਅਤੇ ਦੂਸਰੇ ਦਿਨ ਮੈਂ ਜਵਾਬ ਦਾਵਾ ਦਿੱਤਾ, ਅਤੇ ਨਾਲ ਹੀ ਮੈਂ ਜੱਜ ਸਾਹਿਬ ਨੂੰ ਕਿਹਾ ਵੀ ਮੈਨੂੰ ਤੁਸੀਂ ਜਨਾਬ ਕੱਲ੍ਹ ਦੀ ਤਾਰੀਖ ਦਿਓ, ਮੈਂ ਬਹਿਸ ਕਰਨਾ ਚਾਹੁੰਦਾ। ਅਗਲੇ ਦਿਨ ਕੀਤਾ, ਮੈਨੂੰ ਪਤਾ ਕਿ ਅਗਲੇ ਬੰਦੇ ਕੋਲ ਕੁਛ ਵੀ ਨਹੀਂ, ਮੈਂ ਸੱਚ ਦੇਵਾਂ ਤਾਂ ਸੱਚ ਤਾਂ ਬਹੁਤ, ਫੈਸਲੇ ਤੁਹਾਡੇ ਹੱਕ 'ਚ ਹੋ ਜਾਂਦੇ ਨੇ, ਕਿਉਂਕਿ ਇਹ ਮੇਰਾ ਤਜਰਬਾ ਕਿ ਮੇਰੇ ਸਾਰੇ ਫੈਸਲੇ ਮੇਰੇ ਹੱਕ 'ਚ ਹੁੰਦੇ ਨੇ, ਇਸ ਵਾਸਤੇ ਕਿ ਮੈਂ ਸੱਚ 'ਤੇ ਰਹਿ ਕੇ ਹਮੇਸ਼ਾ ਮੁਕੱਦਮਾ ਲੜਿਆ। ਸਲਾਮ ਅਲੈਕੁਮ।